ਪ੍ਰਸਿੱਧ ਰੁਕਰ ਦੇ ਅੰਮ੍ਰਿਤਸਰ ਦਾ ਖੁਦ ਸੇਵਾ ਸਿੰਘ ਸੇਖਵਾ ਸਾਡੇ ਨਾਲ ਇਸ ਵਕਤ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੇਖਵਾ ਸਾਹਿਬ ਬਹੁਤ ਬਹੁਤ ਸਵਾਗਤ ਨਿਊਜ਼ 18 ਪੰਜਾਬ ਤੇ ਹੁਣੇ ਜਿਹੜਾ ਤੁਹਾਡਾ ਬਿਆਨ ਆਇਆ ਹੈ ਤੁਸੀਂ ਇੱਕ ਬਹੁਤ ਵੱਡੀ ਗੱਲ ਕਹੀ ਇੱਕ ਤੇ ਤੁਸੀਂ ਸਵਾਗਤ ਕੀਤਾ ਕਿ ਸੁਖਬੀਰ ਬਾਦਲ ਨੇ ਜਿਹੜਾ ਕਿਹਾ ਹੈ ਕਿ ਪ੍ਰਧਾਨਗੀ ਦਾ ਅਹੁਦਾ ਅਸੀਂ ਮੈਂ ਛੱਡ ਸਕਦਾ ਵਾਂ ਜੇ ਮੈਨੂੰ ਕਿਹਾ ਗਿਆ ਤੁਸੀਂ ਇੱਕ ਬਹੁਤ ਅਹਿਮ ਗੱਲ ਕਹੀ ਹੈ ਕਿ ਪਾਰਟੀ ਸਭ ਤੋਂ ਪਹਿਲਾਂ ਹੈ ਜੇ ਪਾਰਟੀ ਹੀ ਨਹੀਂ ਰਹਿੰਦੀ ਤਾਂ ਅਹੁਦੇਦਾਰੀ ਤੇ ਬਾਅਦ ਦੀ ਗੱਲ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਅਕਾਲੀ ਦਲ ਨੂੰ ਇੰਨਾ ਵੱਡਾ ਖਤਰਾ ਹੈ ਕਿ ਪਾਰਟੀ ਦਾ ਵਜੂਦ ਖਤਰੇ ਵਿੱਚ ਪੈ ਚੁੱਕਿਆ ਹੈ ਵੇਖੋ ਮੈਡਮ ਜੋ ਕੁਝ ਮੈਂ ਕਿਹਾ ਆ ਉਹ ਬਿਲਕੁਲ ਮੈਂ ਸੋਚ ਵਿਚਾਰ ਕੇ ਗੱਲ ਕੀਤੀ ਆ ਕਿ ਅਗਰ ਸਰਦਾਰ ਸੁਖਬੀਰ ਸਿੰਘ ਪਰ ਆਪਣੇ ਬਾਦਲ ਸਾਹਿਬ ਨੇ ਪ੍ਰਧਾਨਗੀ ਤੋਂ ਇਸ ਕਰਕੇ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਆ ਕਿ ਮੇਰੀ ਪਾਰਟੀ ਜਿਹੜੀ ਆ ਜੇ ਉਹਦਾ ਕੋਈ ਨੁਕਸਾਨ ਹੋ ਰਿਹਾ ਤਾਂ ਮੈਨੂੰ ਪਾਰਟੀ ਬਚਾਉਣੀ ਚਾਹੀਦੀ ਆ ਅਤੇ ਪਾਰਟੀ ਦੀ ਖਾਤਰ ਮੈਂ ਪ੍ਰਧਾਨਗੀ ਦਾ ਅਹੁਦਾ ਛੱਡ ਸਕਦਾ ਜੇ ਉਹਨਾਂ ਨੇ ਇਹ ਗੱਲ ਆਪਣੇ ਸੱਚੇ ਦਿਲੋਂ ਕਹੀ ਆ ਤਾਂ ਮੈਂ ਉਹਦਾ ਸਵਾਗਤ ਕਰਦਾ ਹਾਂ ਕਿਉਂਕਿ ਜਿੰਨੇ ਵੀ ਪਾਰਟੀ ਦੇ ਕਾਰਕੁਨ ਨੇ ਉਹਨਾਂ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਜੇ ਪਾਰਟੀ ਆ ਤਾਂ ਅਸੀਂ ਅਹੁਦੇਦਾਰ ਹਾਂ ਅਤੇ ਜੇ ਪਾਰਟੀ ਨਾ ਰਹੀ ਤਾਂ ਫਿਰ ਸਾਡੀਆਂ ਅਹੁਦੇਦਾਰੀਆਂ ਕਿੱਥੋਂ ਹੋਣਗੀਆਂ ਸੋ ਇਸ ਕਰਕੇ ਮੈਂ ਜੋ ਕੁਝ ਕਿਹਾ ਮੈਂ ਹੁਣ ਵੀ ਉਹਦੇ 'ਤੇ ਕਾਇਮ ਹਾਂ ਜੀ ਸੇਖਵਾ ਸਾਹਿਬ ਤੁਸੀਂ ਸਵਾਗਤ ਕਰ ਰਹੇ ਹੋ ਜੋ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਸੁਖਬੀਰ ਬਾਦਲ ਨੂੰ ਇਸ ਵਕਤ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਵੇਖੋ ਅਸੀਂ ਇਹ ਗੱਲ ਅੱਜ ਨਹੀਂ ਕਹਿ ਰਹੇ ਜਿਸ ਦਿਨ ਅਸੈਂਬਲੀ ਇਲੈਕਸ਼ਨ 2017 ਦੀ ਖਤਮ ਹੋਈ ਆ ਅਤੇ ਰਿਜ਼ਲਟ ਆਏ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਤੀਸਰੇ ਸਥਾਨ 'ਤੇ ਪੰਜਾਬ ਵਿੱਚ ਆਇਆ ਅਸੀਂ ਉਦਨ ਹੀ ਪਹਿਲੀ ਕੋਰ ਕਮੇਟੀ ਦੀ ਮੀਟਿੰਗ 'ਚ ਮੈਂ ਇਹ ਮਸਲਾ ਉਠਾਇਆ ਸੀਗਾ ਅਤੇ ਬ੍ਰਹਮਪੁਰਾ ਸਾਹਿਬ ਨੇ ਢੀਂਡਸਾ ਸਾਹਿਬ ਨੇ ਵੀ ਉਸ ਗੱਲ ਨੂੰ ਓਨ ਕੀਤਾ ਸੀ ਅਸੀਂ ਉਦੋਂ ਹੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡੀ ਪ੍ਰਧਾਨਗੀ ਥੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਵੱਡੀ ਨਿਵੋਸ਼ੀਜਨਕ ਹਾਰ ਹੋਈ ਆ ਅਤੇ ਤੁਹਾਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਆ ਜੇਕਰ ਤੁਸੀਂ 2012 'ਚ ਤੁਹਾਡੀ ਪ੍ਰਧਾਨਗੀ ਥੱਲੇ ਅਕਾਲੀ ਦਲ ਜਿੱਤਿਆ ਸੀ ਅਤੇ ਅਸੀਂ ਤੁਹਾਨੂੰ ਵਧਾਈ ਦਿੱਤੀ ਸੀ ਅਤੇ ਜੇਕਰ ਹੁਣ ਤੁਹਾਡੀ ਪ੍ਰਧਾਨਗੀ ਥੱਲੇ ਅਕਾਲੀ ਦਲ ਹਾਰਿਆ ਆ ਤਾਂ ਇਹਦਾ ਉਲਾਮਾ ਵੀ ਤੁਹਾਨੂੰ ਬਣਦਾ ਆ ਤੁਹਾਨੂੰ ਆਪਣੀ ਪਾਰਟੀ ਦੀ ਪ੍ਰਧਾਨਗੀ ਅਤੇ ਅਹੁਦੇ ਨੂੰ ਛੱਡ ਦੇਣਾ ਚਾਹੀਦਾ ਅਤੇ ਕਿਸੇ ਹੋਰ ਯੋਗ ਵਿਅਕਤੀ ਨੂੰ ਇਹ ਅਹੁਦਾ ਦੇ ਦੇਣਾ ਚਾਹੀਦਾ ਠੀਕ ਸੇਖਵਾ ਸਾਹਿਬ ਤੁਹਾਡੇ ਸਾਥੀ ਰਣਜੀਤ ਸਿੰਘ ਬ੍ਰਹਮਪੁਰਾ ਦਾ ਇੱਕ ਵੱਡਾ ਬਿਆਨ ਹੁਣ ਤਾਜ਼ਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ ਇਹ ਸਿਰਫ ਉਹ ਬਿਆਨਬਾਜ਼ੀ ਕਰ ਰਹੇ ਨੇ ਪ੍ਰਧਾਨਗੀ ਛੱਡਣੀ ਹੁੰਦੀ ਤਾਂ 2017 ਦੀ ਹਾਰ ਤੋਂ ਬਾਅਦ ਛੱਡ ਦਿੰਦੇ ਜੇ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਦੇ ਤਾਂ ਤੁਸੀਂ ਕੀ ਕਰੋਗੇ ਅਸੀਂ ਜੋ ਕੁਝ ਵੀ ਪਲੈਨਿੰਗ ਪਹਿਲਾਂ ਕੀਤੀ ਹੋਈ ਆ ਜੋ ਕੁਝ ਕੱਲ੍ਹ ਆਪਣੇ ਡਾਕਟਰ ਰਤਨ ਸਿੰਘ ਹੋਣਾ ਨੇ ਤੁਹਾਡੇ ਚੈਨਲ 'ਤੇ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਚਾਓ ਮੁਹਿੰਮ ਜਿਹੜੀ ਆ ਪੰਜਾਬ ਵਿੱਚ ਸ਼ੁਰੂ ਕੀਤੀ ਹੋਈ ਆ ਆਲਰੇਡੀ ਅਸੀਂ ਪੰਜਾਬ ਦੇ ਲੋਕਾਂ ਦੇ ਘਰ ਘਰ ਜਾਵਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਣਾ ਦੇਵਾਂਗੇ ਅਸੀਂ ਸਾਰੇ ਟਕਸਾਲੀ ਅਕਾਲੀ ਹਾਂ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਤੋਂ ਅਸੀਂ ਅਕਾਲੀ ਹਾਂ ਅਕਾਲੀ ਦਲ ਦਾ ਜੋ ਹਸ਼ਰ ਹੋਇਆ ਅਸੀਂ ਉਹਦੇ ਤੋਂ ਅਤਿਅੰਤ ਦੁਖੀ ਹਾਂ ਅਤੇ ਸਾਰੇ ਚਾਹੁੰਦੇ ਹਾਂ ਕਿ ਅਕਾਲੀ ਦਲ ਦੀ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ ਉਹਦੇ ਵਾਸਤੇ ਅਸੀਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਆਪਣਾ ਕੇਸ ਰੱਖ ਦਿੱਤਾ ਇਹਦੇ ਵਾਸਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਯਤਨ ਕਰਾਂਗੇ ਜੀ ਸੇਖਵਾ ਸਾਹਿਬ ਤੁਸੀਂ ਕਿਹਾ ਅਕਾਲੀ ਦਲ ਦਾ ਜਿਹੜਾ ਹਸ਼ਰ ਹੋਇਆ ਹੈ ਤੁਹਾਨੂੰ ਕੀ ਲੱਗਦਾ ਹੈ ਅਕਾਲੀ ਦਲ ਦਾ ਜਿਹੜਾ ਹਸ਼ਰ ਹੋਇਆ ਉਸ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਉਹ ਲੋਕ ਨੇ ਜੋ ਪਾਰਟੀ ਨੂੰ ਲੀਡ ਕਰ ਰਹੇ ਸੀ ਉਹੀ ਲੋਕ ਜ਼ਿੰਮੇਵਾਰ ਨੇ ਜਿਹੜਾ ਪ੍ਰਧਾਨ ਆ ਉਹ ਜ਼ਿੰਮੇਵਾਰ ਆ ਜਾਂ ਉਹਦੀ ਜਿਹੜੀ ਟੀਮ ਆ ਉਹ ਜ਼ਿੰਮੇਵਾਰ ਆ ਜੀ ਸੇਖਵਾ ਸਾਹਿਬ ਰਣਜੀਤ ਸਿੰਘ ਬ੍ਰਹਮਪੁਰਾ 4 ਨਵੰਬਰ ਨੂੰ ਚੋਲਾ ਸਾਹਿਬ ਤਰਨ ਤਾਰਨ ਵਿਖੇ ਇੱਕ ਵੱਡੀ ਕਾਨਫਰੰਸ ਕਰਨ ਜਾ ਰਹੇ ਨੇ ਮੰਨਿਆ ਜਾ ਰਿਹਾ ਕਿ ਇਸ ਦੌਰਾਨ ਉਹ ਵੱਡੇ ਐਲਾਨ ਕਰ ਸਕਦੇ ਨੇ ਕਿ ਤੁਸੀਂ ਵੀ ਉਸ ਕਾਨਫਰੰਸ ਵਿੱਚ ਸ਼ਾਮਿਲ ਹੋਵੋਗੇ
ਨਹੀਂ, ਇਹ ਉਹਨਾਂ ਦੀ ਆਪਣੀ ਕੰਸਟੀਚੁਐਂਸੀ ਜਿਹੜੀ ਆ ਉਹਦਾ ਉਹਨਾਂ ਨੇ ਕੱਟ ਸੱਦਿਆ ਆ। ਕੋਈ ਐਵੇਂ ਮੀਡੀਆ ਵਾਲੇ ਉਹਨੂੰ ਸ਼ਕਤੀ ਪ੍ਰਦਰਸ਼ਨ ਕਹੀ ਜਾਂਦੇ ਨੇ, ਅਸੀਂ ਵੀ ਆਪੋ ਆਪਣੇ ਹਲਕਿਆਂ 'ਚ ਜਿੰਨੇ ਵੀ ਲੋਕ ਜਾਓਗੇ, ਹਾਂ ਬਿਲਕੁਲ, ਜੇ ਉਹ ਬੁਲਾਉਣਗੇ ਤਾਂ ਮੈਂ ਜ਼ਰੂਰ ਜਾਵਾਂਗਾ। ਠੀਕ ਸੇਖੋ ਸਾਹਿਬ, ਰਤਨ ਸਿੰਘ ਅਜਨਾਲਾ ਨੇ ਨਿਊਜ਼ 18 ਨਾਲ ਜਦੋਂ ਗੱਲਬਾਤ ਕੀਤੀ ਸੀ, ਤਮਾਮ ਸਵਾਲ ਚੁੱਕੇ, ਪ੍ਰਧਾਨਗੀ ਤੇ ਸਵਾਲ ਚੁੱਕੇ, ਨਾਲ ਹੀ ਉਹਨਾਂ ਨੇ ਕਿਹਾ ਕਿ ਪਰਿਵਾਰਵਾਦ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ। ਇਸ ਤੇ ਤੁਸੀਂ ਤੁਹਾਡਾ ਕੀ ਕਹਿਣਾ ਹੈ ਕਿ ਆਪਣੇ ਪਰਿਵਾਰ ਦੇ ਬੰਦਿਆਂ ਨੂੰ ਹੀ ਵਜ਼ੀਰ ਬਣਾਇਆ ਗਿਆ, ਸੀਨੀਅਰ ਅਕਾਲੀ ਆਗੂਆਂ ਨੂੰ ਦਰਕਿਨਾਰ ਕੀਤਾ ਗਿਆ? ਬਿਲਕੁਲ, ਮੈਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ। ਜਿਹੜੀ ਹਕੀਕਤ ਆ ਉਹਦੇ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਇਹ ਕੋਈ ਕਵੇ ਨਾ ਕਵੇ, ਇਹ ਸਾਰਾ ਜੱਗ ਜਾਣਦਾ ਆ ਕਿ ਬਾਦਲ ਸਾਹਿਬ ਦੇ ਪਰਿਵਾਰ ਦੇ ਸਾਰੇ ਜੀਆਂ ਨੂੰ ਅਹੁਦੇ ਮਿਲੇ। ਕਿਸੇ ਨੂੰ ਕੇਂਦਰ ਵਿੱਚ ਵਜ਼ੀਰੀ ਮਿਲੀ, ਕਿਸੇ ਨੂੰ ਮੁੱਖ ਮੰਤਰੀਸ਼ਿਪ ਮਿਲੀ, ਕਿਸੇ ਨੂੰ ਉਪ ਮੁੱਖ ਮੰਤਰੀ ਬਣੇ, ਕਿਸੇ ਨੂੰ ਵਜ਼ੀਰੀ ਮਿਲੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਸ ਪਰਿਵਾਰ ਨੇ ਜਿਹੜੇ ਮੁੱਖ ਅਹੁਦੇ ਸੀ ਸਾਰੇ ਦੇ ਸਾਰੇ ਉਹਨਾਂ ਕੋਲ ਰਹੇ। ਸੇਖਵਾ ਸਾਹਿਬ, ਇੱਕ ਹੋਰ ਅਹਿਮ ਸਵਾਲ ਜਿਹੜਾ ਮੈਂ ਪੁੱਛਣ ਜਾ ਰਹੀ ਹਾਂ, ਇਹ ਸਭ ਜਿਹੜੇ ਸਵਾਲ ਹੁਣ ਚੁੱਕੇ ਜਾ ਰਹੇ ਨੇ, ਪਹਿਲੇ ਵੀ ਚੁੱਕੇ ਜਾ ਸਕਦੇ ਸੀ, ਤੁਸੀਂ ਬੜੇ ਸਾਲਾਂ ਤੋਂ ਜੁੜੇ ਹੋਏ ਹੋ ਅਕਾਲੀ ਦਲ ਦੇ ਨਾਲ, ਅੱਜ ਇਹ ਸਵਾਲ ਕਿਉਂ ਚੁੱਕੇ ਜਾ ਰਹੇ ਨੇ ਟਕਸਾਲੀ ਆਗੂਆਂ ਵੱਲੋਂ, ਜਦੋਂ ਇੱਕ ਮਾਹੌਲ ਜਿਹੜਾ ਬਣਿਆ ਹੋਇਆ ਅਕਾਲੀ ਦਲ ਦੇ ਖਿਲਾਫ ਹੈ, ਲੋਕ ਜਿਹੜੇ ਨੇ ਲੋਕਾਂ ਵਿੱਚ ਥੋੜਾ ਜਿਹਾ ਗੁੱਸਾ ਹੈ, ਬੇਅਦਬੀ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਖਿਲਾਫ ਇੱਕ ਜਿਹੜੀ ਲਹਿਰ ਦਿਖਾਈ ਦੇ ਰਹੀ ਹੈ, ਅੱਜ ਕਿਉਂ ਟਕਸਾਲੀ ਆਗੂ ਸਾਹਮਣੇ ਆ ਰਹੇ ਨੇ, ਪਹਿਲਾਂ ਕਿਉਂ ਨਹੀਂ ਆਵਾਜ਼ ਚੁੱਕੀ ਗਈ? ਅੱਜ ਜਿਹੜੀ ਗੱਲ ਸੇਖਵਾ ਸਾਹਿਬ ਤੁਸੀਂ ਕਹਿ ਰਹੇ ਹੋ, ਰਤਨ ਸਿੰਘ ਅਜਨਾਲਾ ਕਹਿ ਰਹੇ ਨੇ, ਰਣਜੀਤ ਸਿੰਘ ਬ੍ਰਹਮਪੁਰਾ ਕਹਿ ਰਹੇ ਨੇ, ਇਹ ਸਭ ਕੁਝ ਪਹਿਲੇ ਕਿਉਂ ਨਹੀਂ ਸਾਹਮਣੇ ਆਇਆ? ਬਿਲਕੁਲ ਇਹ ਗੱਲ ਗਲਤ ਆ। ਅਸੀਂ ਪਾਰਟੀ ਦੇ ਵਿੱਚ ਰਹਿ ਕੇ, ਪਾਰਟੀ ਡਿਸਿਪਲਿਨ ਵਿੱਚ ਰਹਿ ਕੇ ਇਹ ਗੱਲਾਂ ਬਹੁਤ ਦੇਰ ਦੀਆਂ ਕਰ ਰਹੇ ਹਾਂ, ਔਰ ਮੈਂ ਇੱਥੇ ਤੁਹਾਡੇ ਚੈਨਲ ਦੇ ਰਾਹੀਂ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ 2014 ਦੀ ਇੱਕ ਵੀਡੀਓ ਅੱਜ ਵੀ ਯੂਟਿਊਬ 'ਤੇ ਹੈਗੀ ਆ, ਜਦੋਂ ਮੈਂ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਏਜੰਡਾ ਛੱਡ ਗਿਆ, ਇਹਦਾ ਆਉਣ ਵਾਲੇ ਸਮੇਂ ਵਿੱਚ ਬਹੁਤ ਮਾੜਾ ਹਸ਼ਰ ਹੋਏਗਾ। ਉਹ ਅੱਜ ਵੀ ਯੂਟਿਊਬ 'ਤੇ ਕਾਇਮ ਆ, ਜਿਹੜੀ ਗੱਲ ਮੈਂ 2014 'ਚ ਕਹੀ ਸੀ। ਉਹਦੇ ਤੋਂ ਲੈ ਕੇ ਅੱਜ ਤੱਕ ਅਸੀਂ ਪਾਰਟੀ ਦੇ ਵਿੱਚ ਰਹਿ ਕੇ ਇਹ ਗੱਲਾਂ ਕਰਦੇ ਰਹੇ ਹਾਂ, ਲੇਕਿਨ ਸਾਡੀ ਸੁਣਵਾਈ ਨਹੀਂ ਹੋਈ। ਮੈਂ ਖਾਲਸਾ ਪੰਥ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਅਸੀਂ ਭਾਵੇਂ ਅੰਦਰ ਵੜ ਕੇ ਲੜਦੇ ਰਹੇ ਹਾਂ, ਅਸੂਲ ਦੀ ਗੱਲ, ਸਿਧਾਂਤ ਦੀ ਗੱਲ ਕਰਦੇ ਰਹੇ ਹਾਂ, ਸਾਡੀ ਗੱਲ ਸੁਣੀ ਨਹੀਂ, ਲੇਕਿਨ ਫਿਰ ਵੀ ਸਾਧ ਸੰਗਤ ਜਾਂ ਖਾਲਸਾ ਪੰਥ ਸਾਡੀ ਇਸ ਦੇਰ ਨੂੰ ਅਣਗਹਿਲੀ ਸਮਝ ਕੇ ਗਲਤੀ ਸਮਝੇ, ਅਤੇ ਮੈਂ ਉਸ ਗਲਤੀ ਦੀ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ, ਅਤੇ ਜੇ ਖਾਲਸਾ ਪੰਥ ਇਹਦੀ ਕੋਈ ਸਜ਼ਾ ਦੇਵੇ ਤਾਂ ਉਹ ਵੀ ਸਿਰ ਨਵਾ ਕੇ ਉਹ ਸਜ਼ਾ ਭੁਗਤਣ ਨੂੰ ਵੀ ਤਿਆਰ ਹਾਂ। ਕਿਹੜੀ ਗਲਤੀਆਂ ਦੀ ਗੱਲ ਕਰ ਰਹੇ ਹੋ ਸੇਖਵਾ ਸਾਹਿਬ? ਤੁਸੀਂ ਜਿਹੜੀ ਡਿਲੇਅ ਦੀ ਗੱਲ ਕੀਤੀ ਆ ਵੀ ਤੁਸੀਂ ਅੱਜ ਗੱਲ ਕਰ ਰਹੇ ਹੋ ਅਤੇ ਤੁਸੀਂ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਕੀਤੀਆਂ, ਮੈਂ ਉਸ ਡਿਲੇਅ ਦੀ ਗੱਲ ਕਰ ਰਿਹਾ। ਠੀਕ, 4 ਸਾਲ ਹੋ ਗਏ, ਤੁਸੀਂ ਕਿਹਾ 2014 ਨੂੰ ਵੀ ਇਹ ਗੱਲ ਕਹੀ ਸੀ, ਅੰਦਰ ਗੱਲ ਚੱਲਦੀ ਰਹੀ, ਹੁਣ 2018 ਨੂੰ ਯਾਨੀ ਕਿ ਜਦੋਂ ਨਹੀਂ ਸੁਣਵਾਈ ਹੋਈ ਤਾਂ ਇਹ ਨੌਬਤ ਆ ਗਈ, ਕਿਉਂਕਿ ਹੁਣ ਖੁੱਲ੍ਹ ਕੇ ਤੁਹਾਨੂੰ ਲੋਕਾਂ ਨੂੰ ਸਾਹਮਣੇ ਆਉਣਾ ਪਿਆ ਹੈ, ਜਾਂ ਫਿਰ ਹੁਣ ਆਪਣਾ ਆਪਣਾ ਵਜੂਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਟਕਸਾਲੀ ਆਗੂ? ਨਹੀਂ, ਬਿਲਕੁਲ ਅਸੀਂ ਆਪਣਾ ਵਜੂਦ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕਿਸੇ ਕੀਮਤ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਨਹੀਂ ਹੋਣ ਦੇਣਾ। ਇਹ ਉਹ ਅਕਾਲੀ ਦਲ ਪਾਰਟੀ ਆ ਜਿਹਨੂੰ ਸਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਸਿੰਜ ਕੇ ਇੱਥੋਂ ਤੱਕ ਲਿਆਂਦਾ ਆ, ਅਤੇ ਨਿਰਾ ਅਸੀਂ ਉਹਦੇ ਵਾਸਤੇ ਕੁਰਬਾਨੀ ਨਹੀਂ ਕੀਤੀ। ਇਹ ਉਹ ਪਾਰਟੀ ਆ ਜਿਹਨੇ ਸਾਨੂੰ ਵਜ਼ੀਰੀਆਂ ਦਿੱਤੀਆਂ ਨੇ। ਇਸ ਪਾਰਟੀ ਨੂੰ ਜਾਂ ਇਸ ਪਾਰਟੀ ਦਾ ਅਸੀਂ ਕਦੀ ਵੀ ਨੁਕਸਾਨ ਨਹੀਂ ਹੋਣ ਦੇਵਾਂਗੇ। ਇਹਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਏਗੀ ਅਸੀਂ ਕਰਾਂਗੇ। ਸੇਖਵਾ ਸਾਹਿਬ, ਆਖਰੀ ਸਵਾਲ, ਅਗਲੀ ਰਣਨੀਤੀ ਹੁਣ ਕੀ ਹੋਣ ਵਾਲੀ ਹੈ ਟਕਸਾਲੀ ਆਗੂਆਂ ਦੀ? ਸਾਡੀ ਰਣਨੀਤੀ ਦਾ ਖੁਲਾਸਾ ਕੱਲ੍ਹ ਡਾਕਟਰ ਰਤਨ ਸਿੰਘ ਹੋਣਾ ਨੇ ਕਰ ਦਿੱਤਾ ਆ
कि असी श्रोमणी अकाली दल बचाओ मुहिम जिहड़ी आ उह सारे पंजाब च चलावांगे। एक वर्कर तो लैके डीलर तक हर एक कोल पहुँच करांगे। पंजाब दे हर घर विच जावांगे, उन्हां नूं अपने सिधांत की गल करके कि किन्हां सिधांतों तो पार्टी भटक गई आ। जदों 1920 श्रोमणी अकाली दल होंद विच आया सी, असी चाहुंदे आ कि उन्हां सिधांतों ते पार्टी मुड़ के चले ता कि जो हशर अकाली दल का अज होया वा आने वाले समय चो ना रहे। सेखवा साहब, अकाली दल की कोर कमेटी की मीटिंग भी होनी है, उस मीटिंग विच तो शामिल हो गए? सानू बुलाया नहीं जाता, दो मीटिंगा अगे हो चुकी ने ते सानू तिना जण्यां नूं उहदे विच कोई सद्दा नहीं आया, ना ढींडसा साहब नूं, ना ब्रह्मपुरा साहब नूं, ना मैनूं। जी सेखवा साहब, आखिरी सवाल की मनिए, आने वाले कुछ दिनों विच हुण अकाली दल दो फाड़ हुंदा नजर आएगा? बिल्कुल नहीं, असी अकाली दल नूं दो फाड़ किसी कीमत ते नहीं होण देंगे। असी अकाली दल का नुकसान किसी कीमत ते नहीं होण देंगे। असी तो अकाली दल नूं बचाउण दी गल कर रहे हैं, अकाली दल की चढ़ती कला, खालसा पंथ की चढ़ती कला वास्ते यतन कर रहे हैं। दो अकाली दल किसी कीमत ते नहीं बन देंगे। असी इस अकाली दल नूं ही अपने पुराने सिधांत ते लिया के इनू चढ़ती कला च वेखना चाहते हैं। बहुत बहुत शुक्रिया सेखवा साहब साढ़े नाल इस पूरी गलबात लई। सो तुसी सुन रहे सी सेवा सिंह सेखवा बटाला तो सीधा साढ़े नाल जुड़े सन, पार्टी के बारे अपनी राय रखी, प्रधानगी दे बारे अपनी राय रखी। सुखबीर बादल ने जड़ा प्रधानगी नूं लेके बयान दिता कि वह प्रधानगी दा अहुदा छड्डण नूं तैयार ने, उस बारे अपनी गल रखी। उन्होंने कहा कि पार्टी की बेहतरी लई इह भावना सब विच होनी चाहीदी है, जे सुखबीर अस्तीफा नहीं देंदे तां लोकां दे विच जाया जाएगा, लोकां दे नाल गलबात कीती जाएगी।